ਹੁਣ ਭਾਵੇਂ ਜੋ ਮਰਜ਼ੀ ਜਥੇਦਾਰ ਕਰੀ ਜਾਣ, ਜੋ ਮਰਜ਼ੀ ਕਹੀ ਜਾਣ, ਹੈ ਕੋਈ ਜ਼ਬਾਨ ਖੁੱਲ੍ਹਦੀ ਕਿਸੇ ਦੀ? ਜਥੇਦਾਰ ਨੇ ਖੋਲ੍ਹੀ ਜ਼ਬਾਨ ਹੋਣ, ਵੀ ਇਕਬਾਲ ਸਿੰਘ ਨੇ ਗਲਤ ਬੋਲਿਆ ਕਿ ਠੀਕ ਬੋਲਿਆ, ਚੁੱਪ ਕਰਕੇ ਨਾ। ਪਰ ਅਸੀਂ ਕਹਿੰਦੇ ਹਾਂ ਅਵਤਾਰਵਾਦ ਦੀ ਜਿਹੜੀ ਗੱਲ ਹੈ ਨਾ, ਜਦੋਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਪਹਿਲਾਂ ਹੀ ਪੜ੍ਹ ਲਓ, ਮੂਲ ਮੰਤਰ 'ਚ ਆਪਾਂ ਪੜ੍ਹ ਲੈਂਦੇ ਹਾਂ, ਮੂਲ ਗਿਆਨ ਹੈ ਜਿਹੜਾ ਉਹ ਹੈ ਇੱਕ ਓਅੰਕਾਰ, ਇੱਕ ਦਾ ਪਸਾਰਾ ਸਤਨਾਮ, ਉਹਦੀ ਹੋਂਦ ਸੱਤ ਹੈ, ਕਰਤਾਪੁਰ ਕ੍ਰੀਏਟ ਵੀ ਉਹੀ ਕਰ ਰਿਹਾ, ਨਿਰਭਉ ਡਰਦਾ ਨਹੀਂ ਉਹ ਵੀ ਨਿਯਮ ਹੈ ਕੁਦਰਤ, ਨਿਰਵੈਰ ਵੈਰ ਨਹੀਂ ਕਰਦਾ ਕੁਦਰਤ ਦਾ ਨਿਯਮ ਹੈ, ਜਿਹੜਾ ਮਰਜ਼ੀ ਨਿਯਮ ਦੀ ਸ਼ਰਤ ਪੂਰੀ ਕਰੋ ਤੇ ਦਾਤਾਂ ਨੇ ਲੈ ਲਓ, ਨਿਰਭਉ ਨਿਰਵੈਰ। ਅਕਾਲ ਮੂਰਤ, ਉਹਦੀ ਮੂਰਤ ਵੀ ਕੋਈ ਨਹੀਂ, ਕਾਲ ਤੋਂ ਰਹਿਤ ਹੈ, ਸਾਰੀਆਂ ਮੂਰਤਾਂ ਖਤਮ ਹੋ ਜਾਂਦੀਆਂ ਪਰ ਉਹ ਨਿਯਮ ਸਦਾ ਰਹਿੰਦਾ। ਅਜੂਨੀ, ਜੂਨਾ ਤੋਂ ਰਹਿਤ ਹੈ, ਇੱਕ ਅਜੂਨੀ ਸਾਰੇ ਅਵਤਾਰਵਾਦ ਦਾ ਭੋਗ ਪਾ ਦਿੰਦਾ ਹੈ। ਮੰਨੀ ਜਾਓ ਅਵਤਾਰ ਆ ਅਵਤਾਰ ਆ ਅਵਤਾਰ ਆ, ਰੱਬ ਦਾ ਇੱਕ ਆ ਅਵਤਾਰ, ਰੱਬ ਦਾ ਇੱਕ ਆ ਅਵਤਾਰ, ਰੱਬ ਦਾ ਇੱਕ ਆ ਅਵਤਾਰ। ਜਦੋਂ ਗੁਰੂ ਨਾਨਕ ਨੇ ਕਹਿਤਾ ਅਜੂਨੀ, ਜੂਨਾ 'ਚ ਪੈਂਦਾ ਹੀ ਨਹੀਂ, ਅਵਤਾਰਵਾਦ ਦਾ ਇੱਕ ਸ਼ਬਦ ਹੈ ਭੋਗ ਪਾ ਦਿੰਦਾ। ਹੁਣ ਕਿਹੜਾ ਮੰਨਣਾ? ਤੁਸੀਂ ਅਜੂਨੀ ਪੜ੍ਹ ਕੇ ਆਓ ਤੇ ਮੁੜ ਕੇ ਕਹੋ ਫਲਾਣਾ ਵੀ ਰੱਬ ਸੀ, ਫਲਾਣਾ ਵੀ ਰੱਬ ਸੀ, ਲੱਗਦਾ ਅਜੂਨੀ ਦਾ ਕੀ ਅਰਥ ਹੈ, ਰੱਬ ਆਉਂਦਾ ਹੀ ਨਹੀਂ, ਉਹ ਅਜੂਨੀ ਹੈ। ਸਹਿਪੰ ਆਪਣੇ ਆਪ ਬਣਿਆ, ਕੁਦਰਤ ਦਾ ਨਿਯਮ ਹੈ, ਆਪਣੇ ਆਪ ਬਣਿਆ, ਵਿਕਸਿਤ ਹੋ ਰਿਹਾ, ਅੱਗੇ ਅੱਗੇ ਜਾ ਰਿਹਾ, ਤੇ ਗੁਰਪ੍ਰਸਾਦ ਗਿਆਨ ਦੁਆਰਾ ਇਹ ਸਾਨੂੰ ਸਮਝ ਆਉਣਾ। ਆ ਜਿਹੜਾ ਸਾਹਮਣੇ ਵਾਲਾ ਸਮਝਣਾ ਹੈ, ਬਸ ਪੂਜਣਾ ਨਹੀਂ, ਸਮਝਣਾ, ਜਾਣਨਾ ਹੈ ਕੁਦਰਤ ਦੇ ਨਿਯਮ ਨੂੰ, ਇਹਨੂੰ ਜਾਣੋ, ਨਜ਼ਾਰਾ ਲਓ। ਵਿੱਚ ਹੀ ਅਸੀਂ ਹਾਂ, ਤਾਕਤ ਲਓ, ਸਮਝੋ, ਆਪਣੀ ਡਿਊਟੀ ਕਰੋ, ਆਪਣੇ ਫਰਜ਼ ਪਛਾਣੋ, ਗੱਲ ਸਿੱਧੀ ਹੈ। ਪਰ ਤੁਸੀਂ ਵੇਖਿਆ ਨਾ ਜਹੇਦਾਰ ਨੇ ਮੂੰਹ ਚ ਘੁੰਮਣੀਆਂ ਪਾ ਲਈਆਂ, ਪਤਾ ਹੈ ਬਈ ਜੇ ਮੈਂ ਬੋਲਿਆ ਵੀ ਇਕਬਾਲ ਸਿਉਂ ਗਲਤ ਬੋਲਦਾ, ਇਕਬਾਲ ਸਿੰਘ ਨੇ ਇਦਾਂ ਕਿਵੇਂ ਕਹਿ ਦਿੱਤਾ, ਤੇ ਇਕਬਾਲ ਸਿਉਂ ਨੇ ਖਲਾਰਾ ਵੱਜ ਜਾਣਾ, ਉਹਨੇ ਗ੍ਰੰਥ ਰੱਖ ਦੇਣੇ ਨੇ ਅੱਗੇ ਆਹ ਲਿਖਿਆ ਪਿਆ। ਤੇ ਜੇ ਅੱਛਾ ਜੀ ਫਿਰ ਜੇ ਕਹਿਣਾ ਵੀ ਇਹ ਗ੍ਰੰਥ ਠੀਕ ਨਹੀਂ, ਫਿਰ ਢੱਡਰੀ ਵਾਲਾ ਸੱਚਾ ਹੋ ਜਾਣਾ, ਵੀ ਗ੍ਰੰਥਾਂ 'ਚ ਤੇ ਪਹਿਲਾਂ ਹੀ ਕਹਿੰਦਾ ਵੀ ਗਲਤ ਹੈ, ਮਿਲਾਵਟ ਹੈ, ਫਿਰ ਆਪਾਂ ਸੱਚੇ ਬਣ ਜਾਂਗੇ। ਉਹ ਚੁੱਪੀ ਕਰਕੇ, ਚੁੱਪੀ ਨਹੀਂ ਕੀਤੀ ਗੱਲ, ਜਹੇਦਾਰ ਦੀ ਕਥਾ ਸੁਣੀ, ਮੈਂ ਹੈਰਾਨ ਹੋ ਗਿਆ। ਉਹ ਜਹੇਦਾਰ ਦਰਬਾਰ ਸਾਹਿਬ ਤੋਂ ਕਥਾ ਕਰਦਾ ਹੈ, ਕਹਿੰਦਾ ਤੁਹਾਨੂੰ ਪਤਾ ਹੈ ਯਾਰ PhD ਅਸੀਂ ਅਨਪੜ੍ਹ, PhD ਜਹੇਦਾਰ ਕਹਿੰਦਾ ਤੁਹਾਨੂੰ ਪਤਾ ਹੈ ਮੇਦਨੀ ਇਹ ਜਿਹੜੀ ਰਾਕਸ਼ਸਾਂ ਦੇ ਮਿੱਝ ਤੋਂ ਬਣੀ ਹੈ, ਪ੍ਰਾਣ ਖੋਜਣੇ ਪੈਣਗੇ। ਕਹਿੰਦਾ ਸਿੱਖੋ ਪ੍ਰਾਣ ਖੋਜੋਗੇ ਉਹਦੇ ਵਿੱਚੋਂ ਤੁਹਾਨੂੰ ਪਤਾ ਲੱਗਣਾ ਵੀ ਰਾਕਸ਼ਸਾਂ ਦੀ ਮਿੱਝ ਤੋਂ ਬਣੀ ਮੇਦਨੀ ਰਿਜੈਕਟ ਨਹੀਂ, ਤੁਸੀਂ ਰੱਦ ਨਹੀਂ ਕਰ ਸਕਦੇ। ਹਾਏ ਹੋਏ ਰੱਬਾ, ਜਹੇਦਾਰ ਜੀ ਮੇਦਨੀ ਆਪਾਂ ਪੜ੍ਹ ਲੈਂਦੇ ਹਾਂ ਜਿੱਥੇ ਕਿਤੇ ਲਿਖਿਆ ਵੀ ਮੇਦਨੀ ਦਾ ਅਰਥ ਕੀ ਹੈ, ਕਿਉਂਕਿ ਗੁਰਬਾਣੀ 'ਚ ਕਹਿੰਦਾ ਮੇਦਨੀ ਆ ਗਿਆ, ਮੇਦਨੀ ਲਿਖਿਆ, ਤਾਂ ਕਰਕੇ ਕਹਿੰਦਾ ਵੀ ਤੁਹਾਨੂੰ ਉਹ ਪੜ੍ਹਨਾ ਪੈਣਾ ਹੈ। ਹੁਣ ਆਪਣੇ ਵਰਗਾ ਜੇ ਕਿਤੇ ਆਪਣੇ ਨਿਆਣੇ ਪੜ੍ਹੇ ਲਿਖੇ ਜਾਣਗੇ, ਕੱਲ੍ਹ ਨੂੰ ਅਮਰੀਕਾ ਕਨੇਡਾ ਕੋਈ ਜਾਏ ਤੇ ਉਹ ਫਿਰ ਪੜ੍ਹੇ ਲਿਖੇ ਇੱਦਾਂ ਬੈਠੀ ਹੋਵੇ ਦੁਨੀਆ, ਉਹਨਾਂ 'ਚ ਕਵੇ ਅਸੀਂ ਸੁਣਿਆ ਹੈ ਜੀ ਧਰਤੀ ਕਿਵੇਂ ਬਣੀ, ਕਿੱਥੋਂ ਰਾਕਸ਼ਸਾਂ ਦੀ ਮਿੱਚ ਤੋਂ, ਜਲੂਸ ਨਹੀਂ ਕਢਾਵਾਂਗੇ। ਕਿੰਨੇ ਕਿਹਾ ਜਹੇਦਾਰ ਜੀ ਕਹਿੰਦੇ ਨੇ ਜੀ ਕਾਲ ਤਖ਼ਤ ਦੇ PhD ਨੇ ਤੁਹਾਨੂੰ ਪਤਾ ਨਹੀਂ, ਇੰਨੇ ਪੜ੍ਹੇ ਲਿਖੇ ਨੇ, ਉਹਨਾਂ ਨੇ ਦੱਸਿਆ ਵੀ ਇਹ ਮੇਦਨੀ ਦਾ ਨਾਮ ਮਿੱਝ ਕਰਕੇ ਪਿਆ ਤੇ ਕਿੱਥੇ ਲਿਖਿਆ ਪ੍ਰਾਣਾ 'ਚ, ਤੇ ਪ੍ਰਾਣਾ ਨੂੰ ਖੋਜਣਾ ਪੈਣਾ। ਉਹ ਭੋਲਿਓ, ਇਹ ਪ੍ਰਾਤਨ ਨਾਂ ਸੀ, ਪ੍ਰਚਲਿਤ ਚੀਜ਼ਾਂ ਦੇ ਨਾਮ ਹੁੰਦੇ ਨੇ, ਪਾਤਸ਼ਾਹ ਨੇ ਨਾਂ ਉਵੇਂ ਹੀ ਲੈ ਦਿੱਤਾ ਵੀ ਮੇਦਨੀ। ਬੜੇ ਥਾਵਾਂ ਤੇ ਸ਼ਬਦ ਮੇਦਨੀ ਯੂਜ ਹੁੰਦਾ ਗੁਰਬਾਣੀ 'ਚ, ਮੇਦਨੀ ਸ਼ਬਦ ਬਹੁਤ ਆਇਆ। ਹੋ ਸਕਦਾ ਹੈ ਇਦਾਂ ਹੀ ਹੋਵੇ, ਸ਼ਬਦ ਜਿੱਥੋਂ ਮਰਜ਼ੀ ਆਏ ਹੋਣ, ਗੁਰੂ ਸਾਹਿਬ ਇਦਾਂ ਮੰਨਦੇ ਨੇ। ਕਹਿੰਦੇ ਜੀ ਬਹੁਤ ਕੁਝ ਗ੍ਰੰਥਾਂ 'ਚ ਲਿਖਿਆ ਯਾਰ, ਉਹ ਕਹਿੰਦੇ ਪੰਡਿਤ ਮੁੱਲਾ ਜੋ ਲਿਖਦੀ ਆ ਛੋੜ ਚੱਲੇ ਹਮ ਕਸ਼ੂ ਨਾ ਲਈਆ, ਕਹਿੰਦੇ ਜੋ ਇਹਨਾਂ ਨੇ ਲਿਖਤਾ ਅਸੀਂ ਨਹੀਂ ਲਿਆ। ਬੜਾ ਕੁਝ ਕਹਿੰਦੇ ਨੇ, ਐਂ ਹੋ ਬਣਿਆ, ਐਂ ਬਣਿਆ, ਆਹ ਤਿੰਨ ਚਲਾਉਂਦੇ ਨੇ, ਐਂ ਚਲਾਉਂਦੇ ਨੇ, ਇੰਨੇ ਕਰੋੜ ਦੇਵਤਾ। ਕਹਿੰਦੇ ਪੰਡਿਤ ਮੁੱਲਾ, ਆਹ ਪੰਡਿਤ ਜੋ ਇਹਨਾਂ ਨੇ ਲਿਖਤਾ, ਆਹ ਮੁੱਲਾ ਮੁਸਲਮਾਨ ਜੋ ਇਹਨਾਂ ਨੇ ਲਿਖਤਾ, ਜੋ ਲਿਖਦੀ ਆ ਛੋੜ ਚੱਲੇ ਹਮ ਕਸ਼ੂ ਨਾ ਲਈਆ। ਯਾਰ ਆਪਣਾ ਸੁਣਾਓ ਕੁਝ ਇਸ ਦਰ ਨੂੰ ਪੰਗਤੀ, ਦਰਬਾਰ ਸਾਹਿਬ ਤੋਂ ਕਥਾ ਯਾਰ ਹੋ ਰਹੀ ਹੈ, ਮਿੱਝ ਤੋਂ ਬਣੀ ਮੇਦ ਨੀ, ਲੱਗਦਾ ਸਾਇੰਟਿਸਟ ਬਣ ਜਾਓ। ਮੈਂ ਕਹਿੰਦਾ ਯਾਰ ਹੱਸਣਗੇ ਨੀ ਸਾਡੇ ਵੱਲ ਵੇਖ ਕੇ ਵੀ ਦੱਸੋ ਜੀ ਧਰਤੀ ਕਿਵੇਂ ਬਣੀ ਸੀ, ਇਹ ਮੇਦਨੀ ਬਾਣੀ ਚਾਹੁੰਦਾ ਤੇ ਮੇਦਨੀ ਕਿੱਥੋਂ ਬਣੀ, ਪ੍ਰਾਣ ਪੜ੍ਹਨੇ ਪੈਣਗੇ ਤੇ ਪ੍ਰਾਣਾ ਤੋਂ ਪਤਾ ਲੱਗਣਾ ਵੀ
ਇਹ ਮਿਝ ਤੋਂ ਬਣੀ ਹੈ। ਰਾਕਸ਼ਸ਼ਾਂ ਦੀ ਲੜਾਈ ਹੋਈ ਸੀ ਉੱਥੋਂ, ਫਿਰ ਮਿਝ ਸੀ, ਮਿਝ ਤੋਂ ਬਾਅਦ ਧਰਤੀ ਬਣੀ। ਇੰਨਾ ਮਜ਼ਾਕ ਨਾ ਹੁੰਦੇਗਾ ਸਾਡਾ, ਸਹੀ ਗੱਲ। ਅੱਜ ਤਾਂ ਹੀ ਦਿਖਲਾ ਕਹਿੰਦਾ ਯਾਰ ਅਸੀਂ ਲਾਂਗਰੀ ਬਣਾ ਕੇ ਰੱਖਤੇ ਕੱਲੇ। ਸਭ ਵੇਖ ਕੇ ਹੱਸਦੇ ਨੇ, ਐਸੀ ਦਸ਼ਾ ਹਮਾਰੀ ਹੈ। ਸਭ ਵੇਖ ਕੇ ਹੱਸਦੇ ਨੇ, ਐਸੀ ਦਸ਼ਾ ਹਮਾਰੀ ਹੈ। ਸਭ ਵੇਖ ਕੇ ਹੱਸਦੇ ਨੇ, ਐਸੀ ਦਸ਼ਾ ਹਮਾਰੀ ਹੈ। ਸਭ ਵੇਖ ਕੇ ਹੱਸਦੇ ਨੇ, ਐਸੀ ਦਸ਼ਾ ਹਮਾਰੀ ਹੈ। ਐ ਮਜ਼ਾਕ ਬਣ ਗਿਆ, ਵੇਖ ਕੇ ਹੱਸਦੇ ਨੇ, ਐਸੀ ਦਸ਼ਾ ਹਮਾਰੀ ਹੈ। ਸਭ ਵੇਖ ਕੇ ਹੱਸਦੇ ਨੇ, ਹਾਂ ਵੇਖ ਕੇ ਹੱਸਦੇ ਨੇ, ਐਸੀ ਦਸ਼ਾ ਹਮਾਰੀ ਹੈ। ਸਭ ਵੇਖ ਕੇ ਹੱਸਦੇ ਨੇ, ਐਸੀ ਦਸ਼ਾ ਹਮਾਰੀ ਹੈ। ਸਭ ਵੇਖ ਕੇ ਹੱਸਦੇ ਨੇ, ਐਸੀ ਦਸ਼ਾ ਹਮਾਰੀ ਹੈ। ਸਭ ਵੇਖ ਕੇ ਹੱਸਦੇ ਨੇ, ਐਸੀ ਦਸ਼ਾ ਹਮਾਰੀ ਹੈ। ਹਮਾਰੀ ਹਾਂ, ਸਭ ਵੇਖ ਕੇ ਹੱਸਦੇ ਨੇ, ਐਸੀ ਦਸ਼ਾ ਹਮਾਰੀ ਹੈ। ਦਸ਼ਾ ਹਮਾਰੀ ਹੈ, ਐਸੀ ਦਸ਼ਾ ਹਮਾਰੀ ਹੈ, ਐਸੀ ਦਸ਼ਾ ਹਮਾਰੀ ਹੈ। ਐਸੀ ਦਸ਼ਾ ਹਮਾਰੀ ਹੈ, ਐਸੀ ਦਸ਼ਾ ਹਮਾਰੀ ਹੈ। ਦਸ਼ਾ ਹਮਾਰੀ ਹੈ, ਦਸ਼ਾ ਹਮਾਰੀ ਹੈ, ਦਸ਼ਾ ਹਮਾਰੀ ਹੈ। ਐਸੀ ਦਸ਼ਾ ਹਮਾਰੀ ਹੈ, ਐਸੀ ਦਸ਼ਾ ਹਮਾਰੀ ਹੈ, ਐਸੀ ਦਸ਼ਾ ਹਮਾਰੀ ਹੱਸਦੇ ਨੇ, ਹਾਂ ਵੇਖ ਕੇ ਹੱਸਦੇ ਨੇ, ਐਸੀ ਦਸ਼ਾ ਹਮਾਰੀ ਹੈ। ਸਭ ਵੇਖ ਕੇ ਹੱਸਦੇ ਨੇ, ਐਸੀ ਦਸ਼ਾ ਹਮਾਰੀ ਹੋਸਦੇ, ਐਸੀ ਦਸ਼ਾ ਹਮਾਰੀ। ਸਭ ਵੇਖ ਕੇ ਹੱਸਦੇ ਨੇ, ਐਸੀ ਦਸ਼ਾ ਹਮਾਰੀ ਹੈ। ਦਸ਼ਾ ਹਮਾਰੀ ਹੋ, ਸਭ ਵੇਖ ਕੇ ਹੱਸਦੇ ਨੇ, ਐਸੀ ਦਸ਼ਾ ਹਮਾਰੀ ਹੈ। ਹੱਸਦੇ ਨੇ ਜਿਹੜੀ ਦਸ਼ਾ ਹਾਲਾਤ ਨੇ ਜਿਹੜੇ, ਜਿੱਦਾਂ ਦੀਆਂ ਅਸੀਂ ਗੱਲਾਂ ਕਰਦੇ ਹਾਂ ਨਾ, ਬਸ ਇੱਕ ਲਾਂਗਰੀ ਵਾਲਾ ਕੰਮ ਰਹਿ ਗਿਆ ਵੀ ਅਸੀਂ ਤਾਂ ਬਸ ਨਾ ਲੰਗਰ ਛਕਾਉਣ ਜੋਗੇ ਹੀ ਹਾਂ।